ਅੰਮ੍ਰਿਤਸਰ ਵਿੱਚ ਹੋਏ ਬੰਬ ਧਮਾਕੇ ਦੇ ਬਾਅਦ ਪੰਜਾਬ ਪੁਲਿਸ ਦੇ ਡੀਜੀਪੀ ਲਾਅ ਐਂਡ ਆਰਡਰ ਹਰਦੀਪ ਸਿੰਘ ਢਿੱਲੋਂ ਨੇ ਅੱਜ ਲੁਧਿਆਣਾ ਵਿੱਚ ਇੱਕ ਅਹਿਮ ਮੀਟਿੰਗ ਕਰਕੇ ਆਲਾ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਪੂਰੀ ਤਰ੍ਹਾਂ ਮਸਤੈਦ ਹੈ ਅਤੇ ਹਰ ਕਿਸੇ ਵੀ ਸਥਿਤੀ ਵਿੱਚ ਨਿਪਟਣ ਦੇ ਲਈ ਤਿਆਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਾ ਸਿਰਫ ਨਿਰੰਕਾਰੀ ਭਵਨ ਸਗੋਂ ਸਾਰੇ ਮਹੱਤਵਪੂਰਨ ਸਥਾਨਾਂ 'ਤੇ ਸਖ਼ਤ ਸੁਰੱਖਿਆ ਕੀਤੀ ਜਾ ਰਹੀ ਹੈ। ਇਸ ਮੌਕੇ 'ਤੇ ਡੀਜੀਪੀ ਲਾਅ ਐਂਡ ਆਰਡਰ ਪੰਜਾਬ ਹਰਦੀਪ ਸਿੰਘ ਢਿੱਲੋਂ ਨੇ ਕਿਹਾ, ਮੀਟਿੰਗ ਜਿਹੜੀਆਂ ਤੁਸੀਂ ਅੰਮ੍ਰਿਤਸਰ ਜਿਹੜੀਆਂ ਡਿਵੈਲਪਮੈਂਟਸ ਆ ਉਹਨਾਂ ਦੀ ਮੱਦੇਨਜ਼ਰ ਜਿਹੜੀ ਰੈਡੀਨੈਸ ਪ੍ਰਿਪੇਅਰਡਨੈਸ ਕੀ ਸਾਡੀ ਤਿਆਰੀ ਹੋਣੀ ਚਾਹੀਦੀ ਆ ਉਸ ਸਾਰੇ ਨੂੰ ਰਿਵਿਊ ਕਰਨ ਲਈ ਇਹ ਮੀਟਿੰਗ ਸੀਗੀ ਅਤੇ ਕੀ ਅਸੀਂ ਫਰਦਰ ਇਹਦਾ ਫੋਲੋ ਅਪ 'ਚ ਕੀ ਕਰਨਾ ਆ ਉਹ ਸਾਰਾ ਕੁਛ ਇਹਦੇ 'ਚ ਰਿਵਿਊ ਕੀਤਾ ਗਿਆ। ਨਹੀਂ ਨਹੀਂ ਜੋ ਬਾਤ ਇਹ ਹੈ ਵੋ ਇਹ ਤੋਂ ਕਮਿਸ਼ਨਰ ਸਾਹਿਬ ਡਿਸਾਈਡ ਕਰੇਂਗੇ, ਹਮਾਰੀ ਤਰਫ ਸੇ ਤੋ ਇਹ ਹੈ ਕਿ ਵੀ ਹੈਵ ਟੂ ਸਿਕਿਓਰ ਈਚ ਐਂਡ ਐਵਰੀ ਪੋਸੀਬਲ ਟਾਰਗੇਟ, ਹਾਊ ਇਟ ਇਜ਼ ਟੂ ਬੀ ਸਿਕਿਓਰਡ ਉਨਕੀ ਡਿਟੇਲਸ ਵਰਕਆਊਟ ਕਮਿਸ਼ਨਰ ਸਾਹਿਬ ਕਰ ਲੇਂਗੇ, ਨੋਟ ਮੇਅਰਲੀ ਨਿਰੰਕਾਰੀ ਭਵਨ ਔਰ ਬਹੁਤ ਐਸੇ ਪਲੇਸਿਸ ਆਫ ਕੋਂਗਰੀਗੇਸ਼ਨ ਹੈ ਵਿਚ ਨੀਡ ਟੂ ਬੀ ਸਿਕਿਓਰਡ। ਸੋ ਉਨ ਸਭ ਕੇ ਬਾਰੇ ਮੈਂ ਜੋ ਅੱਜ ਹਮਨੇ ਇੱਕ ਸਮੀਖਿਆ ਲਈ ਹੈ ਇਸ ਮੁਤਲਕਾ ਥੀ ਮੀਟਿੰਗ, ਇਸਕੇ ਬਾਰੇ ਮੈਂ ਅਭੀ ਮੈਂ ਕੁਛ ਨਹੀਂ ਕਹਿ ਸਕਤਾ, ਵੋ ਸਹੀ ਸਮੇਂ ਪੇ ਜੋ ਹਮਾਰੇ ਵਹਾਂ ਕੇ ਅਧਿਕਾਰੀ ਹੈ ਵੋ ਆਪਕੋ ਇਸਸੇ ਅਵਗਤ ਕਰਵਾਏਗੇ। ਸ਼ੁਕਰੀਆ। ਲਾਅ ਐਂਡ ਆਰਡਰ ਕੀ ਸਥਿਤੀ ਕੋ ਬਣਾਏ ਰੱਖਣੇ ਕੇ ਲੀਏ ਯਹੀ ਹੈ ਕਿ ਪੁਲਿਸ ਮੁਸਤੈਦ ਹੋ, ਇਸੀ ਸਿਲਸਿਲੇ ਮੈਂ ਯੇ ਮੀਟਿੰਗ ਲੀ ਗਈ ਹੈ।